नमस्कार, सत श्री अकाल। हैलो ग्लोबल पंजाब शो च नॉर्थ अमेरिका दे ग्लोबल पंजाब टीवी अते कैनेडा दे चैनल पंजाबी दे दर्शकों का स्वागत है। अज आप गल करांगे उड़ता पंजाब फिल्म बारे। ये फिल्म पंजाब च प्रचलित नशियां बारे है। सेंसर बोर्ड ने फिल्म च वड्डे पद्धर ते तब्दीलियां करन लई किया है। इस उपर एक बहुत वड्डा बवाल खड़ा हो गया है। की सेंसर बोर्ड नूं अपना फैसला बदलना चाहिए है, इस मसले पर आप अज गल करांगे। पर उस तो पहलों मैं एक बार फिर दस देवां कि तुसीं इस शो नूं नॉर्थ अमेरिका दे पैसिफिक टाइम मुताबिक शामी 5:30 बजे अते ईस्टर्न टाइम मुताबिक शामी 8:30 बजे मंडे तो फ्राइडे लाइव देख सकते जे अते इहदे च हिस्सा लै सकते जे। अमेरिका दे विच काफ़ी लोग जिहड़े डिश टीवी ते सी ਉਹ ਹੁਣ ਆਪਣੇ ਗਲੋਬਲ ਪੰਜਾਬ ਨੂੰ ਨਹੀਂ ਦੇਖ ਸਕਦੇ ਕਿਉਂਕਿ ਡਿਸ਼ ਨਾਲ ਸਾਡਾ ਕੰਟਰੈਕਟ ਖਤਮ ਹੋ ਗਿਆ। ਹਾਲੀ ਗੱਲਬਾਤ ਵੈਸੇ ਚੱਲ ਰਹੀ ਆ, ਪਰ ਕੁਝ ਹੋਰ ਪਲੇਟਫਾਰਮਸ ਤੇ ਜਿਵੇਂ IPTV ਔਰ ਇੰਟਰਨੈਟ ਦੇ ਜ਼ਰੀਏ ਤੁਸੀਂ ਇਸ ਸ਼ੋਅ ਨੂੰ ਹਾਲੀ ਵੀ ਲਾਈਵ ਦੇਖ ਸਕਦੇ ਜੇ ਅਤੇ ਇਹਦੇ 'ਚ ਹਿੱਸਾ ਲੈ ਸਕਦੇ ਜੇ। ਭਾਰਤੀ ਸਮੇਂ ਅਨੁਸਾਰ ਇਹ ਸ਼ੋਅ ਸਵੇਰੇ 6 ਤੋਂ 7 ਵਜੇ ਲਾਈਵ ਹੁੰਦਾ ਹੈ। ਅਤੇ ਹੁਣ ਆਉਂਦੇ ਆਪਾਂ ਅੱਜ ਦੇ ਮਸਲੇ 'ਤੇ। ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਬਾਰੇ ਬੜੀਆਂ ਕਈ ਫਿਲਮਾਂ ਉੱਪਰ ਕਿਸੇ ਨਾ ਕਿਸੇ ਧਿਰ ਵੱਲੋਂ ਇਤਰਾਜ਼ ਹੋਏ ਨੇ। ਮੈਨੂੰ ਯਾਦ ਹੈ ਕਿ ਇਸੇ ਤਰ੍ਹਾਂ ਦਾ ਹੀ ਵਿਵਾਦ ਸਾਡਾ ਹੱਕ ਫਿਲਮ ਉੱਪਰ ਵੀ 2013 ਵਿੱਚ ਹੋਇਆ ਸੀ। ਇਹ ਫਿਲਮ ਪੰਜਾਬ 'ਚ ਖਾੜਕੂਵਾਦ ਦੇ ਸੰਘਰਸ਼ ਬਾਰੇ ਸੀ। ਫਿਲਮਾਂ ਉੱਤੇ ਪਾਬੰਦੀ ਦਾ ਸਿਲਸਿਲਾ ਕਈ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਜਦੋਂ ਫਿਲਮ ਹਵਾਏ ਬਣੀ ਸੀ। ਇਹ ਹਵਾਏ ਜਿਹੜੀ ਫਿਲਮ ਆ, ਇਹ 1984 'ਚ ਸਿੱਖਾਂ ਖਿਲਾਫ਼ ਹੋਈ ਦਿੱਲੀ 'ਚ ਔਰ ਹੋਰ ਥਾਵਾਂ 'ਤੇ ਹਿੰਸਾ ਬਾਰੇ ਸੀ। ਨਾਨਕ ਸ਼ਾਹ ਫਕੀਰ ਦੀ ਰਿਲੀਜ਼ ਵੀ ਇਤਰਾਜ਼ ਕਰਕੇ ਕੁਝ ਮਹੀਨੇ ਟਲਣੀ ਪਈ ਸੀ। ਇਸੇ ਤਰ੍ਹਾਂ ਦੀਆਂ ਪਾਬੰਦੀਆਂ ਦੀ ਮੰਗ ਸੰਤਾ ਬੰਤਾ ਲਿਮਿਟਡ ਫਿਲਮ ਉੱਪਰ ਵੀ ਉੱਠੀ ਸੀ। ਇੱਕ ਹੋਰ ਫਿਲਮ ਜਿਹੜੀ ਵਿਵਾਦਾਂ 'ਚ ਘਿਰੀ ਸੀ ਉਹ ਸੀ ਕੌਮ ਦੇ ਹੀਰੇ। ਉੜਤਾ ਪੰਜਾਬ ਫਿਲਮ ਪੰਜਾਬ 'ਚ ਵੱਧ ਰਹੀ ਨਸ਼ਿਆਂ ਦੀ ਪ੍ਰੋਬਲਮ ਉੱਪਰ ਹੈ। ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਨਸ਼ਿਆਂ ਦੀ ਸਮੱਸਿਆ ਬਹੁਤ ਗੰਭੀਰ ਹੈ, ਪਰ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਰਾਜ ਵਿੱਚ ਨਸ਼ਿਆਂ ਦਾ ਕੋਈ ਮਸਲਾ ਹੈ ਹੀ ਨਹੀਂ ਅਤੇ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਇੱਕ ਸਾਜਿਸ਼ ਹੈ। ਪੰਜਾਬ ਸਰਕਾਰ ਨੇ ਉੜਤਾ ਪੰਜਾਬ ਫਿਲਮ ਉੱਪਰ ਇਤਰਾਜ਼ ਜਤਾਇਆ ਸੀ ਔਰ ਸੈਂਸਰ ਬੋਰਡ ਨੇ ਆਪਣੇ ਫੈਸਲੇ 'ਚ ਫਿਲਮ ਦੇ ਨਾਂ ਵਿੱਚੋਂ ਪੰਜਾਬ ਸ਼ਬਦ ਹਟਾਉਣ ਲਈ ਕਿਹਾ। ਉੜਤਾ ਪੰਜਾਬ, ਉਹ ਆਉਂਦੇ ਵੀ ਪੰਜਾਬ ਜਿਹੜਾ ਵਰਡ ਆ ਇਹ ਟਾਈਟਲ ਦੇ ਵਿੱਚੋਂ ਹਟਾ ਦਿਓ। ਕਰੀਬ ਕਾਫੀ ਮੇਰੇ ਖਿਆਲ 40-50 ਜਾਂ ਕੋਈ ਕਹਿ ਰਿਹਾ 70-80 ਹੋਰ ਚੇਂਜਸ ਕਰਨ ਵਾਸਤੇ ਵੀ ਸੈਂਸਰ ਬੋਰਡ ਨੇ ਪ੍ਰੋਡਿਊਸਰਸ ਨੂੰ ਕਿਹਾ ਵਾ। ਸੈਂਸਰ ਬੋਰਡ ਦੇ ਇਸ ਫੈਸਲੇ ਉੱਪਰ ਫਿਲਮ ਦੇ ਪ੍ਰੋਡਿਊਸਰ ਅਨੁਰਾਗ ਕਸ਼ਯਪ ਨੇ ਸਖਤ ਟਿੱਪਣੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਇੰਝ ਲੱਗ ਰਿਹਾ ਹੈ ਕਿ ਉਹ ਭਾਰਤ ਵਿੱਚ ਨਹੀਂ ਨੌਰਥ ਕੋਰੀਆ ਵਿੱਚ ਰਹਿ ਰਹੇ ਨੇ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਨੌਰਥ ਕੋਰੀਆ ਦੇ ਵਿੱਚ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਕਈ ਟਾਈਪ ਦੀਆਂ ਜਿਹੜੀਆਂ ਉੱਥੇ ਪਾਬੰਦੀਆਂ ਵਾ। ਪੰਜਾਬ ਦੀਆਂ ਵਿਰੋਧੀ ਧਿਰਾਂ ਨੇ ਵੀ ਸੈਂਸਰ ਬੋਰਡ ਦੀ ਨਿਖੇਧੀ ਕੀਤੀ ਹੈ। ਸਾਰਾ ਫਿਲਮ ਜਗਤ ਜਿਹੜਾ ਵਾ ਅਨੁਰਾਗ ਕਸ਼ਯਪ ਦੇ ਪਿੱਛੇ ਖੜਾ ਹੋਇਆ। ਕਰਨ ਜੌਹਰ, ਕਈਆਂ ਨੇ ਟਿੱਪਣੀ ਕੀਤੀ ਹੈ, ਜਿਵੇਂ ਕਰਨ ਜੌਹਰ ਨੇ ਕਿਹਾ ਹੈ ਕਿ ਇਹ ਫਿਲਮ ਪੰਜਾਬ ਦੀ ਹਕੀਕਤ ਦਰਸਾਉਂਦੀ ਹੈ। ਫਿਲਮ ਐਕਟਰ ਸੋਹਾ ਅਲੀ ਖਾਨ, ਜਿਹੜੇ ਨਵਾਬ ਆ ਪਟੌਦੀ ਮਨਸੂਰ ਅਲੀ ਖਾਨ ਜਿਹੜੇ ਕ੍ਰਿਕਟਰ ਸੀ ਉਹਨਾਂ ਦੀ ਬੇਟੀ ਆ, ਸੋਹਾ ਅਲੀ ਖਾਨ ਨੇ ਕਿਹਾ ਹੈ ਕਿ ਜਿਹੜਾ ਇਹ ਕਹਿੰਦਾ ਹੈ ਕਿ ਪੰਜਾਬ 'ਚ ਨਸ਼ਿਆਂ ਦੀ ਪ੍ਰੋਬਲਮ ਨਹੀਂ ਹੈ, ਉਹ ਹਕੀਕਤ ਨੂੰ ਛੁਪਾਉਣਾ ਚਾਹੁੰਦਾ ਹੈ। ਕੁਝ ਲੋਕਾਂ ਨੇ ਸੈਂਸਰ ਬੋਰਡ ਨੂੰ ਸਿਜ਼ਰ ਬੋਰਡ ਯਾਨੀ ਕੈਂਚੀ ਵਾਲੀ ਸੰਸਥਾ ਜਾਂ ਕੈਂਚੀ ਬੋਰਡ ਵੀ ਦੱਸਿਆ ਹੈ। ਹਾਲਾਤ ਕਾਫੀ ਪੇਚੀਦੇ ਬਣ ਗਏ ਨੇ ਔਰ ਫਿਲਮ ਦੇ ਪ੍ਰੋਡਿਊਸਰ ਜਿਹੜੇ ਆ ਅਨੁਰਾਗ ਕਸ਼ਯਪ, ਉਹ ਸੈਂਸਰ ਬੋਰਡ ਖਿਲਾਫ਼ ਬੋਂਬੇ ਹਾਈ ਕੋਰਟ ਚਲੇ ਗਏ ਨੇ। ਬੋਂਬੇ ਹਾਈ ਕੋਰਟ ਦਾ ਜਿਹੜਾ ਫੈਸਲਾ ਵਾ ਉਹ ਸੁਣਿਆ ਵਾ ਵੀ ਸੋਮਵਾਰ ਨੂੰ ਆਊਗਾ। ਕੀ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਸੈਂਸਰ ਬੋਰਡ ਨੂੰ ਆਪਣਾ ਫੈਸਲਾ ਬਦਲਣਾ ਚਾਹੀਦਾ, ਆਪਣੇ ਆਪ ਹੀ ਬਦਲਣਾ ਚਾਹੀਦਾ ਵਾ, ਜਾਂ ਉਹਨਾਂ ਨੂੰ ਹਾਈਕੋਰਟ ਦਾ ਇੰਤਜ਼ਾਰ ਕਰਨਾ ਚਾਹੀਦਾ ਵਾ? ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ। ਕੀ ਸੈਂਸਰ ਬੋਰਡ ਦਾ ਰਵੱਈਆ ਪੰਜਾਬ ਸਰਕਾਰ ਦੇ ਦਬਾਅ ਹੇਠ ਹੋਇਆ ਹੈ? ਕੀ ਇਹ ਹਕੀਕਤ ਨੂੰ ਛੁਪਾਉਣ ਦੀ ਇੱਕ ਕੋਸ਼ਿਸ਼ ਹੈ? ਔਰ ਸੁਣਦੇ ਹਾਂ ਹੁਣ ਤੁਹਾਡੇ ਵਿਚਾਰ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ, ਮੈਂ ਕੁਲਾਰ ਬੋਲਦਾ ਜੀ। ਮੈਂ ਦੋ ਗੱਲਾਂ ਕਰਨੀਆਂ ਸੰਧੂ ਭਾਜੀ। ਹਾਂਜੀ ਕੁਲਾਰ ਜੀ। ਪਹਿਲੀ ਤਾਂ ਗੱਲ ਇਹ ਕਰਨੀ ਹੈ ਜੀ, ਤੁਸੀਂ ਲੋਕਾਂ ਨੂੰ ਜਾਗਰੂਕ ਕਰਦੇ ਹੋ, ਬਹੁਤ ਵਧੀਆ, ਹੋਰ ਜਾਗਰੂਕ ਕਰੋ। ਇਹ ਪੰਜਾਬ ਦੇ ਕਰਜ਼ੇ ਦੇ ਕਰਜ਼ਾ ਲੈ ਕੇ ਸੰਗਤ ਦਰਸ਼ਨ ਕਰਨ ਡਏ ਨੇ, ਕਰਜ਼ਾ ਲੈ ਕੇ ਪੈਸਾ ਵੰਡ ਰਹੇ ਨੇ ਇਹ। ਔਰ ਦੂਸਰੀ ਗੱਲ, ਇਹ ਭਾਂਡੇ ਵੰਡਣੇ ਚਾਹੁੰਦੇ ਨੇ। ਭਾਂਡੇ ਵੰਡੇ ਕੀ ਕਰਨਗੇ ਜਦੋਂ ਭਾਂਡੇ 'ਚ ਰੋਟੀ ਖਾਣ ਵਾਲੇ ਨਾ ਰਹੇ? ਜੇ ਅਗਲੀ ਸਰਕਾਰ ਇਹਨਾਂ ਦੀ ਬਣ ਗਈ ਤੇ ਲੋਕੀ ਨੀ ਬਚਣਗੇ ਪੰਜਾਬ ਦੇ? ਜਿੰਨਾ ਨਸ਼ਾ ਜੋ ਕੁਛ ਗੁੰਡਾਗਰਦੀ ਉੱਥੇ ਹੋ ਰਿਹਾ, ਉਹ ਭਾਂਡਿਆਂ ਨੂੰ ਕੱਲਿਆਂ ਨੂੰ ਖੜਕਾਉਣਗੇ? ਭਾਂਡਿਆਂ ਦੇ ਵਿੱਚ ਵੀ ਕੁਛ ਚਾਹੀਦਾ, ਭਾਂਡਿਆਂ 'ਚ ਰੋਟੀ ਖਾਣ ਵਾਲੇ ਵੀ ਬਚਣੇ ਚਾਹੀਦੇ ਆ।
लैके 5000 करोड़ का होर कर्जा भांडे बंडन दकीम संघ दर्शन दकीम उदू बाद रही फिल्म की गल। फिल्म के बिल्कुल उन्होंने असलीयत दिखाई हुई है जी, जिहड़ियां फिल्मां तो गवर्नमेंटां नूं अजकल जिहड़ियां गवर्नमेंटां ने उन्हां नूं इहदा तो खतरा हुंदा ना भी इदां ना हो जाए, लोकां नूं सच ना पता लग जाए, आह कहानी ना हो जाए, उन्हां दे उत्ते इह पौंदियां लाउण दीआं चालां चलदे ने जिहड़ियां इहनां दे फायदे च हुंदियां ने उन्हां नूं तो दिखालदे ने। इह जिहड़ी फिल्म आ मेरे नूं जिन्नी क सोझी आ जी, इह च कोई कट बात नहीं करनी चाहीदी, जिद्दां दी हैगी इहनूं आउण दिओ, पंजाब दा नाम वी इहदे असलीयत आ जी। इस करके ज्यादा बोलना तो ठीक नहीं लगता जी, इन्ने काफी आ, मैं बोले चले मार संधू भाजी, बस इन्ने कहना सी जी। मेहरबानी कुलार साहब, दो गल्लां कीतियां तुसीं, वाकई ये फिल्म इस तरह दिखानी चाहिए आ, ये फिल्म जिहड़ी आ मेरा ख्याल हकीकत नूं ही दर्शाउंदी आ, और इहदे च बिना कट्स दे बिना चेंजेस दे ये दिखानी चाहिए आ, तुसीं हकीकत तो भज नहीं सकते। मैनूं याद आ बहुत वरे पहलों सादत हसन मंटो ने कुछ लिखती, उन्होंने कुछ लिखत उदों लिखिया सन, कुछ काफ़ी कुछ उन्होंने लिखा सी, और वह भी उदों की हकीकत दर्शाता सी, और लोग उदों कहते सी वेखो ये मंटो की कुछ लिख रहा वा, पर अज मंटो की जिहड़ियां लिखता वा उन्होंने बहुत ज़्यादा पढ़िया जाता वा, और मनिया जाता कि उस वेले दी हकीकत सी। सो फिल्मां जिहड़ियां वा वो समाज का शीशा हुंदियां वा, सो मेरे ख्याल उन्होंने जिस तरह वो फिल्मां बनदियां वा उस तरह दिखाउण दी कोशिश होनी चाहिए। हाँ थोड़ी बहुत जी उहदे विच कोई चेंजेस कीतियां जा सकदियां वा, इहदे विच कोई शक नहीं, लेकिन एडे वड्डे पद्धर ते चेंजेस ना ही चेंज कर दिओ ये किवें, बिल्कुल मेरे ख्याल इतराज़योग गल आ। बाकी कुलार साहब ने भी कहा कि पंजाब दे विच कर्जा लैके संगत दर्शन हो रहा, बिल्कुल ठीक आ, पंजाब दे उत्ते 1,35,000 का करीब कर्जा वा, 1,35,000 करोड़ का करीब कर्जा वा, और जे आपां जिहड़ियां गरंटियां लईआं वा इन्हां ने और दित्तियां वा गरंटियां पब्लिक सैक्टर अंडरटेकिंग्स ने करीब 65-70 करोड़ दियाँ, वो नाल 65,000 करोड़ दियाँ वो नाल ऐड कर दिए तो 2,00,000 करोड़ तो वधदा इस वेले पंजाब दे उत्ते कर्जा वा। इन्ने कर्जे तो बाद तुसीं होर कर्जा लैके तुसीं संगत दर्शन करी जाओ, मैं पैसे वंडी जाओ बिना किसी प्लैन दे, तो ये मेरे ख्याल बिल्कुल गलत है। देखते हैं हुण साडे अगले कॉलर की कहना चाहते। हैलो हैलो, हाँ जी भाई साहब, सत श्री अकाल संधू साहब। सत श्री अकाल जी, कित्थों बोल रहे? मैं कैलगरी तो बोल रहा हूँ, एसएस मांगट। कौन बोल रहे जी? मांगट साहब। एसएस मांगट बोल रहे हैं जी। हाँ जी मांगट साहब, पहली बारी कॉल कर रहे? हाँ जी पहली बारी। हाँ जी मांगट साहब, दसो की विचार ने तुहाडे, असीं उड़ता पंजाब फिल्म बारे गल कर रहे हैं भी, की इहदे विच सेंसर बोर्ड वालों जिहड़ियां कट्स लाए गए आ वो जायज़ आ? वो जायज नहीं है, लाने नहीं सी चाहिए जी। जे ये कहंदे ने भी पंजाब विच नशा नहीं है जी, ता जेड़ा बीबियां वास्ते अपने नशा छिड़ाऊ केंद्र बनाया है अमृतसर, सही क्या? हाँ जी। वो क्यों बनाया? बिल्कुल ठीक है, ते बहुत नशा छिड़ाऊ केंद्र होर बनाए हुए सारे पंजाब च, ते मतलब अपने नशे पिछे तो सारी सरकार भजी फिर रही है जी जी, अद्धी सरकार नशा बेच रही है, अद्धी सरकार कहती है भी नशा है ही नहीं। बिल्कुल ठीक है, ये तो अपने जोड़ा सेंसर है नहीं लगना चाहिए, तो बाकी हूँ तो वैसे ही दूसरे तो आए हुए हैं पलवा तो ही भांडे वंडने चाहते ने, भांडे वंडन नाल वोटा नहीं मिलनिया जी, चाहे कोई भी दूसरा कर लेने ये ऐतक कामयाब नहीं होंगे। सत श्रीकाल जी। सत श्रीकाल मांगट साहब, बिल्कुल सही कहा तुसी, इनफैक्ट बहुत सीरियस प्रॉब्लम है इस वेले नशे की, और जे आप लगी है भी नशे है नहीं गए और नशे तो पंजाब मुक्त आ, तो ये एक मेरे ख्याल सच्चाई तो हकीकत तो बहुत दूर की गल होगी, नशे की बड़ी सीरियस प्रॉब्लम आ, और जे फिल्म बन दियां वा या लिखत लिखिया जाए योजे मसले बारे समाजिक मसलों बारे, तो मेरा ख्याल है सानू उस सच्चाई तो भजना नहीं चाहिए, सानू उस हकीकत दे नाल उहदा मुकाबला करना चाहिए वा। नशे जिहड़े व्यापार कर रहे आ वो इस वेले खुले आम तुरे फिरदे आ, बहुत सारे ये भी लोकी कहिंदे आ, और लोगों का विचार आ कि उन्हां चों कुछ जिहड़े वो मंत्री बने आ, मंत्रियों के अहुदे इस वेले उन्होंने संभाले आ, और इनफैक्ट उन्हां दे करके ही नशियां दी इन्नी ज़्यादा पंजाब दे विच विक्री हो रही है। इस मसले नूं निजिठणा चाहीदा वा। मैं थोड़ी अपडेट दे देवां कि उड़ता पंजाब फिल्म जिहड़ी अनुराग कश्यप जी दे प्रोड्यूसर ने, उहदे उत्ते कुछ पाबंदियां सेंसर बोर्ड ने लाने की कोशिश की है, उन्होंने कहा कि उसका नाम बदल दिओ, उड़ता पंजाब दे विचों पंजाब शब्द कढ दिओ, उन्होंने यह भी कहा वापी इहदे च कुछ होर चेंजेस कीतियां जाण, पंजाब बारे MLA MP
ਦਾ ਕੋਈ ਜ਼ਿਕਰ ਨਾ ਹੋਵੇ। ਇਹ ਸਭ ਗੱਲਾਂ ਜਿਹੜੀਆਂ ਮੈਂ ਇਹਦੇ ਖਿਲਾਫ ਫਿਲਮ ਦੇ ਜਿਹੜੇ ਪ੍ਰੋਡਿਊਸਰ ਆ ਅਨੁਰਾਗ ਕਸ਼ਯਪ ਉਹਨਾਂ ਨੇ ਹਾਈ ਕੋਰਟ ਬੰਬੇ ਹਾਈ ਕੋਰਟ ਮੂਵ ਕੀਤਾ ਔਰ ਬੰਬੇ ਹਾਈ ਕੋਰਟ ਨੇ ਦਾ ਫੈਸਲਾ ਸੋਮਵਾਰ ਨੂੰ ਦੇਣਾ। ਅਗਲੀ ਕਾਲ ਵੱਲ ਵਧਦੇ ਹਾਂ, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਤੁਸੀਂ ਔਨ ਏਅਰ ਜੇ, ਕੌਣ ਬੋਲ ਰਹੇ? ਅਮਰੀਕ ਸਿੰਘ ਬੋਲ ਰਹੇ ਸਰੀ ਤੋਂ। ਹਾਂਜੀ ਅਮਰੀਕ ਸਿੰਘ ਜੀ, ਤੁਸੀਂ ਨਾ ਟੀਵੀ ਵੱਲ ਨਾ ਵੇਖੋ, ਆਪਣੀ ਟੈਲੀਫੋਨ 'ਤੇ ਗੱਲ ਕਰੋ ਪਲੀਜ਼। ਠੀਕ ਹੈ ਜੀ, ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਜੇ। ਹਾਂਜੀ ਮੈਂ ਦੱਸਣਾ ਸੀ, ਮੈਂ ਜਿਹੜੇ ਸੈਂਸਰ ਬੋਰਡ ਦੇ ਮੁਖੀ ਨੇ ਵੀ ਉਹ ਮੈਨੂੰ ਲੱਗ ਰਿਹਾ ਫਿਰ ਫੈਸਲਾ ਨਹੀਂ ਕਰ ਰਹੇ ਆਪਣੇ ਜਾਂ ਲੋਕ ਸਭਾ ਦੀਆਂ ਚੋਣਾਂ ਬੜੇ ਨਰਿੰਦਰ ਮੋਦੀ ਦੇ ਉਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਸਾਹਿਬ 'ਤੇ ਇੱਕ ਡਾਕੂਮੈਂਟਰੀ ਫਿਲਮ ਬਣਾਈ ਸੀਗੀ ਜੀ, ਇਸੇ ਖਜ਼ਾਨੇ 'ਚ ਉਹਨਾਂ ਨੂੰ ਇਹਨਾਂ ਦੇ ਸੈਂਸਰ ਬੋਰਡ ਦੇ ਮੁਖੀ ਬਣਾਇਆ ਗਿਆ ਸੀ। ਅਤੇ ਮੈਨੂੰ ਲੱਗ ਰਿਹਾ ਵੀ ਇਹ ਫਿਰ ਫੈਸਲਾ ਨਹੀਂ ਕਰ ਸਕਦੇ, ਉਹਦਾ ਉਹ ਮੁੱਲ ਤਾਰਨਗੇ ਹੁਣ ਉਹ ਚੀਜ਼ ਦਾ, ਇੰਨਾ ਹੀ ਕਹਿਣਾ ਸੀਗਾ ਜੀ। ਮਿਹਰਬਾਨੀ ਮਿਹਰਬਾਨੀ ਅਮਰੀਕ ਸਿੰਘ ਜੀ। ਸਾਧਵੀ ਖੋਸਲਾ ਨਾਂ ਦੇ ਇੱਕ ਹੋਰ ਸ਼ਖਸ ਨੇ ਵੀ ਇੱਕ ਫਿਲਮ ਬਣਾਈ ਆ, ਡਾਕੂਮੈਂਟਰੀ ਬਣਾਈ ਆ ਨਸ਼ਿਆਂ ਦੇ ਉੱਪਰ ਹੀ, ਔਰ ਜੇ ਡਾਕੂਮੈਂਟਰੀਜ਼ ਬਣ ਸਕਦੀਆਂ ਤਾਂ ਫਿਰ ਫੀਚਰ ਫਿਲਮਾਂ ਕਿਉਂ ਨਹੀਂ ਬਣ ਸਕਦੀਆਂ? ਔਰ ਇਸ ਫਿਲਮ ਨੂੰ ਅਸੀਂ ਵੀ ਇਹ ਮੰਗ ਕਰਦੇ ਹਾਂ ਕਿ ਬਿਨਾਂ ਕੱਟਸ ਦੇ ਇਸ ਫਿਲਮ ਨੂੰ ਸਾਨੂੰ ਦਿਖਾਉਣਾ ਚਾਹੀਦਾ ਵਾ। ਅਗਲੀ ਕਾਲ ਵੱਲ ਵਧਦੇ ਹਾਂ, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਹਾਂਜੀ ਭਾਈ ਸਾਹਿਬ, ਤੁਸੀਂ ਔਨ ਏਅਰ ਜੇ, ਭਾਈ ਸਾਹਿਬ ਤੁਸੀਂ ਔਨ ਏਅਰ ਜੇ, ਪੈਚ ਹੋਏ ਜੇ, ਆਪਣੀ ਗੱਲ ਪੂਰੀ ਕਰੋ। ਹੈਲੋ ਹਾਂਜੀ ਹਾਂਜੀ, ਤੁਸੀਂ ਔਨ ਏਅਰ ਜੇ ਜੀ, ਆਪਣੀ ਗੱਲ ਪੂਰੀ ਕਰੋ। ਅੱਛਾ ਜੀ, ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਟੀਵੀ ਵੱਲ ਨਾ ਵੇਖੋ, ਤੁਸੀਂ ਟੈਲੀਫੋਨ 'ਤੇ ਜੇ, ਟੈਲੀਫੋਨ 'ਤੇ ਪੂਰੀ ਮੇਰੀ ਗੱਲ ਸੁਣ ਕੇ ਅੱਗੋਂ ਜਵਾਬ ਦਿਓ। ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਤੁਸੀਂ ਆਏ ਹੋ ਟੀਵੀ 'ਤੇ? ਹਾਂ ਹਾਂ, ਤੁਸੀਂ ਇਸ ਵੇਲੇ ਟੀਵੀ 'ਤੇ ਜੇ ਜੀ, ਔਨ ਏਅਰ ਜੇ, ਕੌਣ ਬੋਲ ਰਹੇ ਤੁਸੀਂ? ਮੈਂ ਜਸਵੀਰ ਬੋਲਦੀ। ਸੁਨੀਤ? ਹਾਂਜੀ। ਕਿੱਥੋਂ ਬੋਲ ਰਹੇ? ਸਰੀ ਤੋਂ। ਹਾਂਜੀ ਹਾਂਜੀ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਇਹ ਜਿਹੜੇ ਕੁੜੀਆਂ ਨੂੰ ਕਹਿੰਦੇ ਪੁਲਿਸ 'ਚ ਕਰਨਾ, ਹਾਲੇ ਤੱਕ ਤਾਂ ਇਹਨੇ ਕਾਰਤ ਕੀਤਾ ਤਾਂ ਹੈ ਨਹੀਂ, ਹੁਸ਼ਿਆਰਪੁਰ ਪੁਲਿਸ 'ਚ ਕਰਦੇ ਨਹੀਂ ਇਹ ਕੁੜੀਆਂ ਨੂੰ ਦਾਖਲ। ਸ਼ਾਇਦ ਉਹਨਾਂ ਨੂੰ ਕਾਲ ਜਿਹੜੀ ਆ ਉਹਨਾਂ ਨੂੰ ਗੱਲ ਸਮਝ ਨਹੀਂ ਆ ਰਹੀ, ਉਹਨਾਂ ਸ਼ਾਇਦ ਰਿਅਲਾਈਜ਼ ਨਹੀਂ ਕੀਤਾ ਵੀ ਉਹ ਇਸ ਵੇਲੇ ਟੀ ਵੀ ਦੇ ਉੱਤੇ ਨੇ ਔਰ ਅਸੀਂ ਉੜਤਾ ਫਿਲ ਪੰਜਾਬ ਫਿਲਮ ਬਾਰੇ ਗੱਲ ਕਰ ਰਹੇ ਹਾਂ। ਹੁਣ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਉੜਤਾ ਪੰਜਾਬ ਬਾਰੇ ਜਿਹੜੀ ਡਿਸਕਸ਼ਨ ਆ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ, ਵਿਚਾਰ ਚਰਚਾ ਜਿਹੜੀ ਹੈ ਜਾਰੀ ਰੱਖਾਂਗੇ, ਤੁਹਾਡੇ ਵਿਚਾਰ ਵੀ ਲਵਾਂਗੇ ਕਿ ਕੀ ਸੈਂਸਰ ਬੋਰਡ ਨੂੰ ਇਹੋ ਜਿਹੀਆਂ ਪਾਬੰਦੀਆਂ ਲਾਉਣੀਆਂ ਚਾਹੀਦੀਆਂ ਸੀਗੀਆਂ। ਵੈਸੇ ਵੀ ਪੰਜਾਬ ਬਾਰੇ ਜਿਹੜੀਆਂ ਫਿਲਮਾਂ ਬਣ ਰਹੀਆਂ ਵਾ ਉਹਨਾਂ 'ਤੇ ਦਿੱਕਤ, ਦੁਬਾਰਾ ਦੁਬਾਰਾ ਦਿੱਕਤ ਕਿਉਂ ਹੋ ਰਹੀ ਆ, ਇਹ ਮਸਲਾ ਆਪਾਂ ਵਿਚਾਰਾਂਗੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਸੀਂ ਸੁਣ ਰਹੇ ਜੇ ਸ਼ੋਅ ਹੈਲੋ ਗਲੋਬਲ ਪੰਜਾਬ, ਅਤੇ ਅਸੀਂ ਗੱਲ ਕਰ ਰਹੇ ਹਾਂ ਫਿਲਮ ਉੜਤਾ ਪੰਜਾਬ ਬਾਰੇ। ਇਸ ਫਿਲਮ 'ਚ ਕੁਝ ਨਾਮਵਰ ਹਸਤੀਆਂ ਵੀ ਨੇ ਜਿਵੇਂ ਕਿ ਆਲੀਆ ਭੱਟ, ਸ਼ਾਹਿਦ ਕਪੂਰ, ਕਰੀਨਾ ਕਪੂਰ ਖਾਨ ਅਤੇ ਆਪਣਾ ਦਲਜੀਤ ਦੁਸਾਂਝ। ਕੁਝ ਕਾਲਰ ਸਾਡੇ ਨਾਲ ਜੁੜੇ ਆ, ਦੇਖਦੇ ਹਾਂ ਉਹ ਕੀ ਵਿਚਾਰ ਰੱਖਣਾ ਚਾਹੁੰਦੇ ਇਸ ਫਿਲਮ ਬਾਰੇ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਕੌਣ ਬੋਲ ਰਹੇ? ਮੈਂ ਪ੍ਰਭਜੀਤ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ। ਕੌਣ? ਪ੍ਰਭਜੀਤ? ਪ੍ਰਭ ਨੂਰ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ ਜੀ। ਹਾਂਜੀ ਹਾਂਜੀ ਭਾਈ ਸਾਹਿਬ, ਤੁਸੀਂ ਇੰਟਰਨੈਟ 'ਤੇ ਦੇਖ ਰਹੇ ਜੇ ਸ਼ੋਅ? ਨਹੀਂ ਜੀ, ਮੈਂ ਤਾਂ ਕਿਤੇ ਵੀ ਨਹੀਂ ਦੇਖ ਰਿਹਾ, ਇੰਟਰਨੈਟ 'ਤੇ ਤਾਂ ਲੱਭਾ ਨਹੀਂ, ਕਿਤੇ ਪਤਾ ਲੱਗਾ, ਮੈਂ ਤਾਂ ਉੱਦਾਂ ਹੀ ਫੋਨ ਕਰਕੇ ਦੇਖਿਆ ਸੀਗਾ ਵੀ ਪਤਾ ਲੱਗਾ ਮੈਨੂੰ, ਕੱਲ੍ਹ ਵੀ ਨਹੀਂ ਤੁਹਾਡਾ ਪ੍ਰੋਗਰਾਮ ਚੱਲਿਆ, ਅੱਜ ਮੈਂ ਦੇਖ ਰਿਹਾ ਟੀ ਵੀ 'ਤੇ ਚੱਲ ਹੀ ਰਿਹਾ, ਅਤੇ ਮੈਨੂੰ ਕਿਸੇ ਨੇ ਦੱਸਿਆ ਕੱਲ੍ਹ ਵੀ ਨਹੀਂ ਚੱਲਿਆ, ਮੈਂ ਤਾਂ ਫੋਨ ਕੀਤਾ ਸੀ ਪਤਾ ਕਰਨ ਨੂੰ ਵੀ ਹੈਗਾ ਵੀ ਇਹ ਕਿੱਦਾਂ ਆ ਜੀ। ਨਹੀਂ ਇਸ ਤਰ੍ਹਾਂ ਜੀ, ਪ੍ਰੋਗਰਾਮ ਬਿਲਕੁਲ ਚੱਲ ਰਿਹਾ ਵਾ, ਔਰ ਤੁਸੀਂ ਆਪਣੇ ਸਾਥੀਆਂ ਨੂੰ ਵੀ ਦੱਸ ਦਿਓ ਕਿ ਡਿਸ਼ ਨਾਲ ਸਾਡਾ ਕੰਟਰੈਕਟ ਖਤਮ ਹੋ ਗਿਆ ਸੀ, ਨਵੇਂ ਕੰਟਰੈਕਟ ਦੀ ਗੱਲਬਾਤ ਚੱਲ ਰਹੀ ਆ, ਸੋ ਹੋ ਸਕਦਾ ਵਾ ਥੋੜ੍ਹੇ ਦਿਨਾਂ ਤੱਕ ਇਹ ਕੰਟਰੈਕਟ ਵੀ ਦੁਬਾਰਾ ਸਾਈਨ ਹੋ ਜਾਵੇ ਕੁਝ ਪਲੈਟਫਾਰਮਸ 'ਤੇ ਜਿਵੇਂ ਇੰਟਰਨੈਟ ਵੈੱਬ 'ਤੇ ਔਰ ਕੁਝ ਹੋਰ ਆਈ ਪੀ ਟੀ ਵੀ ਪਲੈਟਫਾਰਮਸ 'ਤੇ ਇਹ ਸ਼ੋਅ ਜਿਹੜਾ ਵਾ ਔਰ ਇਹ ਚੈਨਲ ਚੱਲ ਰਿਹਾ ਵਾ, ਇਹ ਬਾਕੀ ਸਾਥੀਆਂ ਨੂੰ ਵੀ ਦੱਸ ਦਿਓ। ਅਸੀਂ ਅੱਜ ਗੱਲ ਕਰ ਰਹੇ ਹਾਂ, ਸਾਰਿਆਂ ਨੂੰ ਦੱਸ ਦਿੰਦਾ ਜੀ। ਹਾਂਜੀ, ਅਤੇ ਅੱਜ ਦੇ ਮੁੱਦੇ 'ਤੇ ਇਹ ਜੀ ਵੀ ਇਹ ਸਾਡਾ ਹੱਕ ਹੈ ਜੀ, ਜੇ ਕੋਈ ਫਿਲਮ ਬਣਦੀ ਆ, ਜੇ ਕੋਈ ਬਣਾਉਂਦਾ ਆ, ਤਾਂ ਇਹ ਸਾਡਾ ਹੱਕ ਆ ਜੀ ਦੇਖਣ ਨੂੰ। ਬਿਲਕੁਲ ਦੇਖਣਾ ਜਿਹੜਾ ਵਾ ਸਾਡੇ ਤੋਂ, ਸਾਡਾ ਹੱਕ, ਸਾਡੇ ਤੋਂ ਸਾਡਾ ਹੱਕ ਨਹੀਂ ਜੀ ਕੋਈ ਹੋ ਸਕਦਾ, ਚਾਹੇ ਉਹ ਸਰਕਾਰ ਆ, ਚਾਹੇ ਕੋਈ ਵੀ ਬੰਦਾ ਜੀ, ਚਾਹੇ ਕੋਈ ਕਿੰਨਾ ਮਰਜ਼ੀ ਵੱਡਾ ਬਣ ਜਾਵੇ, ਜਿਹੜਾ ਸਾਡਾ ਹੱਕ ਆ ਜੀ ਉਹ ਸਾਨੂੰ ਮਿਲਣਾ ਹੀ ਚਾਹੀਦਾ ਆ। ਬਿਲਕੁਲ, ਚਾਹੇ ਉਹ ਕਿਸੇ ਫਿਲਮ ਦੇਖਣ ਦਾ, ਚਾਹੇ ਹੋਰ ਕਿਸੇ ਕੰਮ ਦਾ ਹੈ ਜੀ।
जे गल कर रहे सेंसर बोर्डा की इतने तो जी अमेरिका इदा हों जे किसी फॉर एग्जाम्पल जे एक कैचअप कंपनी दो दूजी कैचअप कंपनी तो वधिया तो शरेआम मशहूरी देंगे जी साड़ी कैचअप फलानी कैचअप तो वधिया आ जे एक ट्रैक्टर दूजे ट्रैक्टर की कंपनी तो वधिया तो शरेआम मशहूरी देंगे साडा फलाना ट्रैक्टर फलानी कंपनी के फलाने ट्रैक्टर तो वधिया आ जी इतने कोई मान हानि नहीं जिहड़ा सही आ वह सही है जी वो इस करके इदा ने कमां की आजादी होनी चाहिए जी जे फिल्म किसी ने बनाई आ ते जिन्हें नहीं देखनी ना देखे जिन्हें देखनी आ देखे जी बिल्कुल सही किया जी बिल्कुल सही किया फिल्मों नू वेखण दी आज़ादी होनी चाहिए आ और जे कोई फिल्म बनती है तो उन्हूं बिना सेंसर दिखाना चाहिए वा इनफैक्ट अगे भी कुछ फिल्मां जिहड़ियां सीगियां उन्हां दे उत्ते कोई रिस्ट्रिक्शनस लगियां सी वह भी गलत सी सो सानू जिहड़ा हक है साडा फिल्म वेखण दा अपना हक हुंदा ये जरूर मिलना चाहिए वा ये भाई साहब का ख्याल सी और मेरे ख्याल ये इस ख्याल के करीब करीब सारे जिहड़े कॉलरस आ वो सहमत होंगे अगली कॉल वाल वधदे आ देखते हैं साढ़े अगले कॉलर की कहना चाहते हैं हलो हैलो हाँ जी भाई साहब सत श्रीकाल जी मैं टोरंटो का अमरदीप बोलदा जी टोरंटो तो कौन बोल रहे अमरदीप बोलदा जी मैं हाँ जी हाँ जी अमरजीत जी दसो तुहाडा की विचार आ उड़ता पंजाब फिल्म बारे गल कर रहे प्रोग्राम जी बहुत वधिया कोई शक नहीं गल यह है कि जिहड़ा रौला पिया है असलीत नूं छुपाउण दा काम है जी सारा किनूं की करन दा असलीयत नूं सारा असलीयत नूं छुपाउण दा काम है जी सारा ये बिल्कुल ठीक है और लोक करके जो कुछ भी लोकां नूं आवाज सुननी चाहीदी जी अपनी इस बारे जिहड़ी फिल्म जिद्दां बणी है जी उद्दां करनी चाहीदी है तदे असलीयत लोकां नूं पता लगूगा बिल्कुल ठीक है जी मेरे ख्याल लोगों भी अपनी आवाज़ उठानी चाहिए आ यहो जी मेरा मेरे हिसाब नाल एक ज्यादती आ और ये के और बहुत सारिया पंजाब की हकीकत जिहड़ियां दिखाउण वालियां फिल्मां वा उन्हां नूं छुपाउण की कोशिश उन्हां नूं उन्हां ते पाबंदियां लाउण की कोशिश हो रही है बहुत मेहरबानी अमरजीत जी अगली कॉल वाल वधदे आ हैलो हैलो हाँ जी हाँ जी भाई साहब हाँ जी संधु साहब सत श्री अकाल सत श्री अकाल संधु साहब किसी किस्म का भी मीडिया ना उस तो जिहड़ा कोई बैन नहीं होना चाहिए मीडिया नू लोकां नू रैप्रजेंट करता है तो इहदा करके उन्हूं मौका देना चाहिए भावें सेंसर बोर्ड हुण सेंसर बोर्ड नू ये फिल्म क्योंकि पंजाब का जिहड़ा किहो जिहा अक्स एट प्रेजेंट बनिया गा उस नू रैप्रजेंट करता है तो इहदा करके इहनू रिलीज भी करना चाहिए गा नैक्सट गल ये है भी जिवें बादलों बारे चल रहा ना भी उन्होंने भांडे बटन की जिहड़ी गल कर रहे ने गे जी जी उहदे ते जाने की एक गल ये देखने वाली गल आ साडे पंजाब दा जिहड़ा वोटर आ उसकी मानसिकता नूं इह किस ढंग नाल लैंदे आ गे जी बिल्कुल बिल्कुल ठीक है बिल्कुल ठीक है असीं अपनी इंट्रोडक्शन ही दित्ती कौन बोल रहे मैं हरप्रीत सिंह ढिल्लों जी बोल रहा ब्रैम्पटन तो हाँ जी हरप्रीत जी किन्नी देर हो गई तुहानूं ब्रैम्पटन रहिंदिआं मैनूं हो गए जी 5 साल रहिंदिआं नूं ते इत्थों कित्थों गए तुसीं इधरों मैं बरनाला तो हाँ जी ओके ओके तो आते जाते रेंदे हाँ जी हाँ जी संधु साहब आता जाता रहना मैं देखा पंजाब के हालात बहुत माड़े ने तो मैं एक दो वीडियो भी पाइया गया भी जी सफाई की गल करते ना भी पंजाब तरक्की कर गया जी भी जो खालसा दीवान सोसायटी अमृतसर वो सामने गंद की मैं वीडियो पाई से एडा माड़ा हाल आ जाने की सारे पंजाब का ही नशे पक्षों भी सब तो वड्डी गल संधु साहब एक होर जाने की जिवें भांडे वंडन की सोचते है ना जी वो जो लोगों की मानसिकता देखो भी ये किमें जज करते हैं भी लोग किस लैवल से खड़े आ क्योंकि इन्होंने जो दूजी बार चांस लिया गा वह बिना किसी उम्मीद तो यानी कि इन्होंने चांस मिल गया लोगों को खरीद लिया इन्होंने लोगों की यानी कि यह मानसिकता तो आम आदमी पार्टी भी सोचना चाहिए तो यद करके जी परंपरागत राजनीति चल रही आ उस तो यानी कि हट के ही चलो बिल्कुल बिल्कुल ठीक है जी लोगों की मानसिकता जी पहले उन्होंने कमज़ोर करते हैं फिर वह फायदा उठाने की कोशिश करते हैं जो भांडे वंडन की परंपरा वा ये बिल्कुल खत्म करनी चाहिए आ इनफैक्ट जो पाबंदी लगनी चाहिए तो यह जी गलों लगनी चाहिए भी ये भांडे जोड़े वंडन की इजाजत ना दी जाए ना कि फिल्मों पर जो एक हकीकत दर्शाया वा मैं याद है जो साडा हक फिल्म बनी सी वह भी पंजाब पुलिस दुलिस ज्यादतियां से खिलाफ़ सी और वो भी पाबंदी लाने की कोशिश की गई सो पाबंदी ला के तुसी हकीकत नू छुपा नहीं सकते हकीकत जिहड़ी आ अखीर निकल ही आउंदी आ हरप्रीत जी बहुत बहुत धन्यवाद देखते हैं साढ़े अगले कॉलर की गल करनी चाहते हैं और की विचार जिहड़े आ सांझे करने चाहते हैं हैलो हैलो हाँ जी भाई साहब
ਸਤਿਕਾਰ ਜੀ ਸੰਸਾਰ ਮੈਂ ਸੁਦੀਪ ਸ਼ਾਹੀ ਬੋਲ ਰਿਹਾ ਜੀ ਚੰਗਲੀ ਤੋਂ ਹਾਂਜੀ ਹਾਂਜੀ ਭਾਈ ਸਾਹਿਬ ਸੁਜੀਤ ਸਿੰਘ ਜੀ ਦੱਸੋ ਕੀ ਵਿਚਾਰ ਨੇ ਤੁਹਾਡੇ ਮੇਰਾ ਆਮ ਕਾਲਿੰਗ ਸੈਕਿੰਡ ਟਾਈਮ ਜੀ ਹਾਂਜੀ ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਵਾ ਤੁਹਾਨੂੰ ਸਾਹਿਬ ਕਿ ਇਹ ਜਿਹੜਾ ਉੜਦਾ ਪੰਜਾਬ ਨੀ ਇਹਨੂੰ ਨਾ ਇੱਕ ਦਾ ਨਾਮ ਬਦਲ ਕੇ ਮੇਰਾ ਖਿਆਲ ਹੈ ਕਿ ਇੱਕ ਹੋਰ ਵੀ ਫਿਲਮ ਬਣ ਸਕਦੀ ਹੈ ਬਲਦਾ ਪੰਜਾਬ ਬਲਦਾ ਪੰਜਾਬ ਜੀ ਓਕੇ ਉਹਦੀ ਵਜ੍ਹਾ ਇਹ ਹੈ ਕਿ ਪੰਜਾਬ ਤੇ ਬਲ ਹੀ ਰਿਹਾ ਜੀ ਜਲ ਹੀ ਰਿਹਾ ਇਹ ਪਤਾ ਨਹੀਂ ਜਿਹੜੇ ਪ੍ਰੋਡਿਊਸਰ ਸੀ ਉਹਨਾਂ ਨੇ ਉੜਤਾ ਪੰਜਾਬ ਕੀ ਸੋਚ ਕੇ ਰੱਖਿਆ ਕਿਉਂਕਿ ਮੈਂ ਫਿਲਮ ਦੇਖੀ ਨਹੀਂ ਹੋ ਸਕਦਾ ਵਾ ਇਹ ਵੀ ਬੜਾ ਟੁਕਵਾਨਾ ਹੋ ਮੈਂ ਵੀ ਟ੍ਰੇਲਰ ਦੇਖਿਆ ਸੰਸਾਰ ਮੈਂ ਟ੍ਰੇਲਰ ਦੇਖਿਆ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹੈ ਕਿ ਇੱਕ ਭਾਈ ਸਾਹਿਬ ਬੜੇ ਵਧੀਆ ਉਹਨਾਂ ਨੇ ਲਫ਼ਜ਼ ਕਹੇ ਸੀ ਕਿ ਜੇ ਨਸ਼ੇ ਦੀ ਪ੍ਰੋਬਲਮ ਨਹੀਂ ਹੈਗੀ ਤਾਂ ਤੁਸੀਂ ਇੰਨੇ ਡਰੱਗ ਸੈਂਟਰ ਕਿਉਂ ਖੋਲੇ ਉੱਥੇ ਜੀ ਤੁਸੀਂ ਡਰੱਗ ਰਿਲੇਟਡ ਬੰਦਿਆਂ ਨੂੰ ਫੜ ਫੜ ਕੇ ਉੱਥੇ ਲਿਆਉਂਦੇ ਰਹੇ ਜੇ ਔਰ ਮੈਂ ਬੜੇ ਕਰੀਬੀ ਇੱਕ ਸੱਜਣ ਨੂੰ ਜਾਣਨਾ ਜਿਹੜੇ ਕਿ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਪੁਲਿਸ ਆਫਿਸਰ ਸਨ ਜੀ ਉਹਨਾਂ ਨਸ਼ੇ ਦੇ ਖਾਤਮੇ ਵਾਸਤੇ ਬਹੁਤ ਕੰਮ ਕੀਤਾ ਲੇਕਿਨ ਉਹਨਾਂ ਤੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਦੇ ਖਿਲਾਫ ਬਹੁਤ ਕੁਛ ਹੋਇਆ ਜੀ ਪਰ ਮੈਂ ਇੱਕ ਗੱਲ ਕਹਾਂਗਾ ਕਿ ਜੇ ਨਸ਼ਾ ਨਹੀਂ ਹੈਗਾ ਤੇ ਫਿਰ ਇੰਨਾ ਪ੍ਰੋਬਲਮ ਹੈ ਕਿ ਕਿਸ ਚੱਲਦੀ ਹੈ ਜੀ ਜੀ ਕਿਉਂ ਅਸੀਂ ਇਸ ਗੱਲ ਤੇ ਜੇ ਨਹੀਂ ਹੈਗਾ ਤੇ ਫਿਰ ਉਸ ਫਿਲਮ ਨੂੰ ਆਉਣ ਦਿਓ ਤੁਸੀਂ ਉਹਨੂੰ ਰੋਕ ਕਿਉਂ ਰਹੇ ਜੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਵਾਏ ਜੇ ਜੇ ਇਹ ਗੱਲ ਹੈ ਹੀ ਨਹੀਂ ਪੰਜਾਬ 'ਚ ਫਿਰ ਤੁਹਾਨੂੰ ਡਰ ਕਿਸ ਗੱਲ ਦਾ ਬਿਲਕੁਲ ਠੀਕ ਹੈ ਜੀ ਕਿਉਂ ਡਰਦੇ ਪਏ ਆਪਾਂ ਫਿਰ ਜੋ ਹੋ ਰਿਹਾ ਉਹ ਜਿਵੇਂ ਤੁਸੀਂ ਅੱਗੇ ਕਿਹਾ ਕਿ ਉਹ ਫਿਲਮ ਮਨੀ ਸੀ ਬੱਬੂ ਮਾਨ ਨੇ ਬਣਾਈ ਸੀ ਪੰਜਾਬ ਦੇ ਉੱਤੇ ਟੈਰਰਿਜ਼ਮ 'ਤੇ ਬਣਾਈ ਸੀ ਉਹ ਫਿਲਮ ਚੱਲੀ ਸੀ ਗੱਲ ਤਾਂ ਠੀਕ ਹੈ ਇਹਨੂੰ ਵੀ ਚੱਲਣ ਦਿਓ ਜੇ ਤੁਹਾਨੂੰ ਡਰ ਹੈ ਤਾਂ ਤੁਸੀਂ ਤਾਂ ਹੀ ਇਸ ਗੱਲ 'ਤੇ ਤੁਸੀਂ ਹੋ ਹੱਲਾ ਮਚਾ ਰਹੇ ਜੇ ਔਰ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਤੁਹਾਨੂੰ ਕਹੂੰਗਾ ਕਿ ਜੋ ਅੱਜ ਦੇ ਹਾਲਾਤ ਨੇ ਉੱਥੇ ਇੰਨਾ ਵਰਸਟ ਹੋਣਗੇ ਇੰਨਾ ਚੰਗੇ ਨਹੀਂ ਹੋਣਗੇ ਅੱਜ ਦੀ ਡੇਟ ਦੇ ਵਿੱਚ ਆਹ ਉੱਤੇ ਇਹ ਕਹਿ ਸਕਦੇ ਅਗਰ ਡਿਊਟੀ ਲਗਾ ਦਿਓ ਵੀ ਤੇਰੇ ਇੱਥੇ ਨਸ਼ਾ ਖਤਮ ਹੋਣਾ ਚਾਹੀਦਾ ਅਤੇ ਜੇ ਐੱਸ ਐੱਸ ਪੀ ਉਹਨੂੰ ਕਹਿ ਦੇ ਵੀ ਕਾਕਾ ਜੇ ਤੇਰਾ ਨਸ਼ਾ ਖਤਮ ਨਹੀਂ ਹੋਏਗਾ ਤੈਨੂੰ ਇੱਥੇ ਹੀ ਮੈਂ ਪਾਰਕ ਵਿੱਚ ਇਸੇ ਬੈਰਕ ਵਿੱਚ ਬੰਦ ਕਰਾਂਗਾ ਅਤੇ ਮੇਰਾ ਕਹਿਣਾ ਨਸ਼ਾ ਇਮੀਡੀਏਟ ਬੰਦ ਹੋ ਸਕਦਾ ਇਹ ਸਿਰਫ ਡਿਟਰਮੀਨੇਸ਼ਨ ਦੀ ਲੋੜ ਹੈ ਨਥਿੰਗ ਐਲਸ ਬਿਲਕੁਲ ਸਹੀ ਕਿਹਾ ਬਿਲਕੁਲ ਸਹੀ ਕਿਹਾ ਜੀ ਡਿਟਰਮੀਨੇਸ਼ਨ ਦੀ ਲੋੜ ਆ ਹੁਣ ਕੀ ਹੋ ਰਿਹਾ ਵਾ ਕਿ ਜਿਹੜੇ ਆਮ ਪੀੜਿਤ ਲੋਕ ਆ ਜਿਹਨਾਂ ਨੂੰ ਪਹਿਲਾਂ ਤੁਸੀਂ ਨਸ਼ੇੜੀ ਬਣਾਇਆ ਉਹ ਤੁਸੀਂ ਅੰਦਰ ਡੱਕੇ ਆ ਕਈ ਲੋਕਾਂ ਦੇ ਝੂਠੇ ਪਰਚੇ ਵੀ ਕੀਤੇ ਗਏ ਆ ਔਰ ਜਿਹੜੇ ਡਰੱਗਸ ਵਿਖਵਾਉਂਦੇ ਆ ਜਿਹੜੇ ਇਸ ਕੰਮ ਦੇ ਨਸ਼ਿਆਂ ਦੇ ਸਰਤਾਜ ਨੇ ਉਹ ਖੁੱਲ੍ਹੇਆਮ ਪੰਜਾਬ 'ਚ ਤੁਰੇ ਫਿਰਦੇ ਆ ਉਹ ਮੌਜ ਮੇਲਾ ਕਰ ਰਹੇ ਆ ਇਹ ਇਨਫੈਕਟ ਹੀ ਹੈ ਹਕੀਕਤ ਹੈ ਅੱਜ ਦੀ ਔਰ ਸ਼ਾਇਦ ਇਸੇ ਕਰਕੇ ਜਿਹੜੇ ਡਰੱਗਸ ਆ ਨਸ਼ਿਆਂ ਦੀ ਪ੍ਰੋਬਲਮ ਹੋਰ ਦਿਨੋਂ ਦਿਨ ਵੱਧ ਰਹੀ ਆ ਇਸ ਵੇਲੇ ਬਹੁਤ ਸੀਰੀਅਸ ਪ੍ਰੋਬਲਮ ਹੈ ਮੈਂ ਇਹਦੇ ਬਾਰੇ ਥੋੜ੍ਹੇ ਅੰਕੜੇ ਵੀ ਤੁਹਾਨੂੰ ਦੱਸੂੰਗਾ ਜੋ ਮੈਂ ਅਖਬਾਰਾਂ ਦੇ ਵਿੱਚ ਪੜ੍ਹੇ ਆ ਪਰ ਜਿੰਨਾ ਚਿਰ ਤੱਕ ਮੈਂ ਤੁਹਾਡੇ ਨਾਲ ਸਹਿਮਤ ਹਾਂ ਜਿੰਨਾ ਚਿਰ ਤੱਕ ਇਸ ਪ੍ਰੋਬਲਮ ਨੂੰ ਅਸੀਂ ਸਮਝਦੇ ਨਹੀਂ ਇਹਨੂੰ ਐਕਸੈਪਟ ਨਹੀਂ ਕਰਦੇ ਉਹਨਾਂ ਚਿਰ ਤੱਕ ਅਸੀਂ ਇਹਦੇ ਨਾਲ ਨਜਿੱਠ ਨਹੀਂ ਸਕਦੇ ਅਗਲੀ ਕਾਲ ਵੱਲ ਵੱਧਦੇ ਹਾਂ ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਹੈਲੋ ਹਾਂਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਹਾਂਜੀ ਕੁਲਦੀਪ ਸਿੰਘ ਸੇਖੋਂ ਬੋਲਦੇ ਆ ਜੀ ਹਾਂਜੀ ਹਾਂਜੀ ਸੇਖੋਂ ਸਾਹਿਬ ਦੱਸੋ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਸਭ ਤੋਂ ਜਿਹੜਾ ਤੁਸੀਂ ਦਲੀਪ ਸਾਹਿਬ ਦਾ ਸੁਣਾਈ ਹੈ ਕਿਸ਼ਤਾਂ 'ਚ ਨੌਨ ਖਿਲਾਫ ਕਿਸ਼ਤਾਂ 'ਚ ਉਹਦਾ ਸਾਡੇ ਸਾਰੇ ਪਰਿਵਾਰ ਵੱਲੋਂ ਆਪ ਜੀ ਦਾ ਧੰਨਵਾਦ ਆ ਜੀ ਮਿਹਰਬਾਨੀ ਭਾਈ ਸਾਹਿਬ ਬਹੁਤ ਮਿਹਰਬਾਨੀ ਬੇਨਤੀ ਹੈ ਜਿਹੜਾ ਉਹਦਾ ਬਲਿਊ ਸਟਾਰ ਆਪਰੇਸ਼ਨ ਨਹੀਂ ਚਾਹੀਦਾ ਆਪਰੇਸ਼ਨ ਤਾਂ ਉਹ ਹੁੰਦਾ ਜੇ ਕੋਈ ਬਿਮਾਰ ਹੋਵੇ ਤਾਂ ਇਹਦਾ ਇੱਕ ਨਾਂ ਆਪਾਂ ਬਦਲੀਏ ਜਿਵੇਂ ਦੂਜੀਆਂ ਚੀਜ਼ਾਂ ਦਾ ਬਦਲਿਆ ਇਹ ਆਪਾਂ ਨੂੰ ਦਿੱਲੀ ਕਾਂਗਰਸ ਦਾ ਬਦਲਿਆ ਦਿੱਲੀ ਜੋ ਹੋਇਆ ਉਹ ਆਪਾਂ ਕਤਲੇਆਮ ਕੀਤਾ ਇਹਦਾ ਆਪਰੇਸ਼ਨ ਨਾਂ ਨੂੰ ਆਪਾਂ ਬਦਲੀਏ ਸਾਰੇ ਜਿਹੜੇ ਆਪਾਂ ਬਦਲੀਏ ਇਹਨਾਂ ਦਾ ਆਪਰੇਸ਼ਨ ਕਰਤਾ ਵੀ ਆਪਣਾ ਆਪਰੇਸ਼ਨ ਅੰਮ੍ਰਿਤ ਸਾਹਿਬ ਦਾ ਕੋਈ ਹੋਣਾ ਨਹੀਂ ਸੀ ਦੂਜੇ ਨੰਬਰ 'ਤੇ ਬੇਨਤੀ ਹੈ ਜੀ ਵੀ ਜਿਹੜੀ ਫਿਲਮ ਉੜਦਾ ਪੰਜਾਬ ਇਹਦਾ ਨਾਂ ਰੱਖਣਾ ਸੀ ਜਾਗਦਾ ਪੰਜਾਬ ਹੁਣ ਪੰਜਾਬ ਜਾਗ ਪਿਆ ਤੇ ਹੁਣ ਪਤਾ ਲੋਕਾਂ ਨੂੰ ਵੀ ਨਸ਼ੇ ਕੌਣ ਲਿਆਉਂਦਾ ਤੇ ਕਿੱਥੋਂ ਆਉਂਦੇ ਤੇ ਕਿੱਧਰੋਂ ਜਾਂਦੇ ਆ ਬਿਲਕੁਲ ਠੀਕ ਤੀਜੀ ਗੱਲ ਇਹ ਆ ਜੀ ਅਸੀਂ ਮੈਂ ਤੁਹਾਨੂੰ ਬੇਨਤੀ ਕਰਦਾ ਬੇਨਤੀ ਤੌਰ ਤੇ ਸੰਗਤਾਂ 'ਚ ਗੱਲ ਕਰਨੀ ਚਾਹੁੰਦਾ ਕਿ ਜੇ ਕਹਿੰਦੇ ਆ ਵੀ ਅਸੀਂ ਨਸ਼ੇ ਪੰਜਾਬ ਹੈ ਨਹੀਂ ਗਏ ਕਿਉਂਕਿ ਇਹਨਾਂ ਦਾ ਨਾਂ ਲੈਣਾ ਨਾ ਵੀ ਕਹਿੰਦੇ ਨਾ ਕਿਸੇ ਬੰਦੇ ਮਾਲਕ ਦਾ ਨਾਂ ਲੈ ਤਾਂ ਰੋਟੀ ਨਸੀਬ ਨਹੀਂ ਹੁੰਦੀ ਨਾਂ ਲੈਣ ਦਾ ਵੀ ਇਹਦਾ ਨਸੀਬ ਨਹੀਂ ਹੁੰਦੀ ਰੋਟੀ ਇਹਨਾਂ ਦੀ ਕਿਸੇ ਕਰਕੇ ਨਾਂ ਨਹੀਂ ਲੈਣਾ ਜਿੰਨਾ ਵੀ ਤੁਹਾਨੂੰ ਪਤਾ ਹੀ ਹੈ ਉਹ ਕਹਿੰਦੇ ਆ ਤੇ ਇਹਨਾਂ ਨੇ ਉਹਦੀ ਪੰਜ ਸਾਲ ਜਿਹੜੇ ਲੀਡਰ ਆ ਸਾਰੇ ਆਮ ਪਾਰਟੀ ਸਾਰੇ ਭਾਰਤੀ ਜਨਤਾ ਪਾਰਟੀ ਸਾਰੇ ਪੰਜ ਲੀਡਰ ਪੰਜਾਬ ਦੇ ਜਿਹੜੀਆਂ ਪਾਰਟੀਆਂ ਵੀ ਸਟੈਂਡ ਕਰਦੀਆਂ ਜਿਹੜੀਆਂ ਮਤਲਬ ਐਨ ਐਚ ਦੇ ਬੋਲਦੀਆਂ ਉਹ ਸਾਰੇ ਆਪਦੇ ਟੈਸਟ ਦੇਣ ਵੀ ਨਸ਼ਿਆਂ ਦੇ ਵੀ ਖਾਂਦੇ ਕਿ ਨਹੀਂ ਸਭ ਤੋਂ ਪਹਿਲਾਂ ਨੰਬਰ ਆਊਗਾ ਜਿਹਦਾ ਨਾਂ ਨਹੀਂ ਲੈਣਾ ਕਾਕੇ ਦਾ ਠੀਕ ਆ ਜੀ ਤੇ ਬਾਕੀ ਨੰਬਰ ਸਾਰਾ ਲਿਆਉਣਗੇ ਜਿਹੜਾ ਜਿਹੜੀ ਪਾਰਟੀ ਦੇ ਬੰਦੇ ਜ਼ਿਆਦਾ ਇਸ ਗੱਲ ਸ਼ਾਮਿਲ ਹੋਣਗੇ ਉਹ ਬੰਦੇ ਨੂੰ ਨਾਮ ਦਿੱਤਾ ਜਾਊਗਾ ਤੇ ਮੈਂ
बेनती करना साडे धर्मगुरु कोट सिंगड़ को पेंड है शुक्रिया बनाते शुक्रिया देने वास्ते तो मैं 1 लाख की शुक्री की मतलब उसे दुबार करना लैके दिना पैसे भेजता है पूरी गल समझ नहीं आई पर उन्होंने मेरे ख्याल काफ़ी लंबी गल की है शायद मेरे ख्याल बाकी कॉलर उन्होंने गल समझ आ गई होगी अगली कॉल वाल वध देखते हैं कॉलर की कहना चाहते हैं हेलो हाँ जी भाई साहब सत्या जी संधु साहब सत्या भाई साहब देखो जी जी सेंसर करते हैं बिल्कुल गलत गल है ये फिल्म दिखानी चाहिए सारी कौन बोल रहे जी ए, मैं जगीर सिंह कलार बोल रहा जी जीत सिंह जी कितों एयरपोर्ट तो बोल रहे जी किड़ी जगह तो एयरपोर्ट तो जी एयरपोर्ट है कनाडा तो कनाडा तो हाँ जी हाँ जी हाँ जी जीत सिंह जी ये बिल्कुल लगनी चाहिए है जी फिल्म लोगों को पता लगना चाहिए ये डरते क्यों इस गल तो बिल्कुल ठीक है बिल्कुल ठीक है डरने की लोड़ की है जब ये करते नहीं तो ये तो सीधा पता हूँ लोगों भी ये की करते ने की करवाते ने सारा पता मजीठिए का ना आता सीधा जी जी तो ये आप नशे के बच्चे बोलता हर वक्त जरा है डिप्टी मुख्यमंत्री जी ये तो लोगों कल मैनु फोन आया जी उतों अच्छा हाँ एडी बुरी हालत होगी बिल्कुल एक बंदे दा इना ने हेलो हाँ जी हाँ जी हाँ जी हाँ जी अपनी गल पूरी करो भाई साहब हाँ संधु साहब ये तो इन्ना धक्का हो गया हूँ उत्थे पंजाब च ये तो लोगों दिया साडिया ना रिश्तेदारी चो ही मुंडा ओदियां कंधा बाग ला ढाता मार मार ट्रालियां ओहो अच्छा इहदे कोले इन्हां नूं पता लग जांदा वी 5-7 लाख रुपया हैगा ते अकालियां दे उल्ट है ओहनूं इह फड़दे ने फड़ के बुरा हाल करदे ने ते फिर इन्हां दे बंदे रखे होए ने जिहड़े जथेदार ओह विच पै के पैसा लै दे के ओहनूं नंग करके तोर के फिर छड्डदे ने इस करके वो तो उन्होंने कोई कुदरती जोर कर लिया उन्होंने बिट्टू ने जाके कहा भी असी धरना देंगे ता माड़ा मोटा वह बचा होया नहीं उन्होंने मार मे उल्टा मुकदमा बनाने से भी तू कुटिया इन्हों राइट राइट हाँ जी ये हूँ उत्थे जान का भी कोई हज नहीं है तुझे भी आपका बचा रख्या करो माड़ा मोटा कोई गनमैन ले लो मेहरबानी जीत सिंह जी बहुत बहुत मेहरबानी जीत सिंह जी इतों की कोई एक्सपीरियंस अपना शेयर कर रहे हैं वाकई कई थावां ते हालत काफ़ी खराब आ पर आपां इन्हां हालातों नूं बदलना वा और अपने को बदलन का मौका है अगली चोणां दे विच चोणां हुण 6-7 महीने बाद होणियां वा और अपनी वोट का सही इस्तेमाल सही कैंडीडेट्स नूं किसी भी पार्टी का होवे पर सही कैंडीडेट्स नूं कैंडीडेट्स की पछाण करके आपां नूं करना चाहिए हुण समां खत्म हो रहा सो अज इन्ना ही हुण आपां वीकेंड तो बाद मिलांगे वीकेंड अपना एंजॉय करो नमस्कार सत श्री अकाल खुदा हाफिज़